ਹੈ ਕ੍ਰਾਈਮ ਨਿਊਜ਼। ਮੈਂ ਹਾਂ ਨਰਿੰਦਰ ਕੌਰ ਪੁਰੇਵਾਲ, ਮੇਰੇ ਨਾਲ ਨੇ ਕ੍ਰਾਈਮ ਰਿਪੋਰਟਰ ਰਿੰਕੂ ਰਾਜਾ ਜੀ। ਭਾਵੇਂ ਕਿ ਇਲੈਕਸ਼ਨ ਨੂੰ ਅਜੇ ਘੱਟੋ ਘੱਟ 1.5 ਤੋਂ 2 ਸਾਲ ਪਏ ਹਨ, ਪਰ ਫਿਰ ਵੀ ਸਾਰੀਆਂ ਪਾਰਟੀਆਂ ਅੱਜ ਹੋਂਦ ਵਿੱਚ ਆ ਰਹੀਆਂ ਨੇ। ਇਸੇ ਲੜੀ ਦੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਸਿਰ ਕੱਢਵੇਂ ਆਗੂ ਸ਼ਹਿਰੀ ਕਲਸੀ ਅੱਜ ਗੁਰੂ ਨਾਨਕ ਨਗਰ ਵਾਰਡ ਨੰਬਰ 4 'ਚ ਪਹੁੰਚੇ ਨੇ। ਉਹਨਾਂ ਨੇ ਇੱਥੇ ਸੁਨੀਲ ਕੁਮਾਰ ਲਵਲੀ, ਜਿਨ੍ਹਾਂ ਨੇ ਭਾਰੀ ਗਿਣਤੀ ਵਿੱਚ ਆਪਣੇ ਨਾਲ ਨੌਜਵਾਨਾਂ ਨੂੰ ਲੈ ਕੇ ਆਮ ਆਦਮੀ ਦਾ ਪੱਲਾ ਫੜਿਆ ਆ, ਉਹ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋ ਕੇ ਅੱਜ ਲੋਕ ਇਸ ਪਾਸੇ ਨੂੰ ਸੋਚਣ ਤੇ ਮਜਬੂਰ ਹਨ ਕਿ ਦੂਜੀਆਂ ਪਾਰਟੀਆਂ ਦੇ ਕੰਮਾਂ ਨੂੰ ਦੇਖ ਚੁੱਕੇ ਆ, ਇੱਕ ਵਾਰ ਆਮ ਆਦਮੀ ਨੂੰ ਮੌਕਾ ਵੀ ਦੇਣਾ ਚਾਹੁੰਦੇ ਹਨ। ਇੱਥੇ ਸ਼ਹਿਰੀ ਕਲਸੀ ਨੇ ਇੱਕ ਬਹੁਤ ਹੀ ਜ਼ਬਰਦਸਤ ਗੱਲ ਕਹੀ ਕਿ ਪਿੱਛੇ ਆਮ ਆਦਮੀ ਪਾਰਟੀ ਦੀ ਲਹਿਰ ਚੱਲੀ ਸੀ, ਪਰ ਇਸ ਵਾਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਝੱਖੜ ਚੱਲੇਗਾ। ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। ਕੀ ਗੱਲ ਆ, ਸਾਡੇ ਨਿਆਣੇ ਨਹੀਂ ਪੜ੍ਹ ਸਕਦੇ? ਸਾਡੇ ਨਿਆਣੇ ਵਧੀਆ ਸਕੂਲਾਂ 'ਚ ਨਹੀਂ ਪੈ ਸਕਦੇ? ਸਾਡੇ ਨਿਆਣੇ ਤਰੱਕੀ ਨਹੀਂ ਕਰ ਸਕਦੇ? ਸਾਡੇ ਨਿਆਣੇ ਡੀਸੀ ਨਹੀਂ ਲੱਗ ਸਕਦੇ? ਸਾਡੇ ਨਿਆਣੇ ਅਫਸਰ ਨਹੀਂ ਬਣ ਸਕਦੇ? ਕਾਰਨ ਹੁਣ ਤੱਕ ਪੜ੍ਹਾਈ 'ਚ ਵੀ ਸਾਡੇ ਨਾਲ ਵਿਤਕਰਾ ਹੁੰਦਾ ਹੈ। ਕਾਰਨ ਇਹੋ, ਜਿਹੜਾ ਗਰੀਬ ਬੰਦਾ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ। ਹੁਣ ਹਜ਼ਾਰਾਂ ਰੁਪਈਏ ਫੀਸਾਂ ਜਾਂਦੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ, ਕਿੱਥੋਂ ਗਰੀਬ ਪੜ੍ਹਵਾ ਲਓ? ਇਹ ਸਿਰਫ ਸਾਨੂੰ ਵੋਟ ਬੈਂਕ ਲਈ ਰੱਖਿਆ, ਮਗਰ ਲਾ ਕੇ ਰੱਖਿਆ ਵੀ ਜਿੱਦਣ ਇਹ ਪੜ੍ਹ ਲਿਖ ਗਏ ਉਦਣ ਇਹਨਾਂ ਨੂੰ ਅਕਲ ਆ ਜੂਗੀ, ਤੇ ਜਿੱਦਣ ਇਹਨਾਂ ਨੂੰ ਅਕਲ ਆ ਗਈ ਤੇ ਉਦਣ ਇਹ ਜਾਗ ਜਾਣਗੇ। ਆ ਗਲੀਆਂ ਟੁੱਟੀਆਂ ਜੀ, ਗਲੀਆਂ ਬਣਾ ਦਿਓ, ਆ ਪਾਣੀ ਦਾ ਨਿਕਾਸ ਹੈ ਨਹੀਂ ਜੀ, ਆ ਠੀਕ ਕਰਾ ਦਿਓ। ਇਹੋ ਤਿੰਨ ਚੀਜ਼ਾਂ ਮੰਗੀਆਂ ਅੱਜ ਤੱਕ? ਸੱਚ ਦੱਸਿਓ, ਆਪਣੇ ਝੋਟਾਂ ਮੰਗਣ ਆਏ ਆ ਤੁਸੀਂ? ਇੰਨੀ ਗੱਲ ਕਦੀ ਮੰਗੀ ਵੀ ਸਾਡੇ ਬੱਚਿਆਂ ਦੇ ਵਧੀਆ ਸਕੂਲ ਕਿਹੜੇ ਨੇ ਜਿੱਥੇ ਆਪਾਂ ਆਪਣੇ ਹਸਪਤਾਲ ਕਿਹੜੇ ਨੇ ਜਿੱਥੇ ਆਪਾਂ ਫ੍ਰੀ ਇਲਾਜ ਕਰਾ? ਨਹੀਂ, ਕਾਰਨ ਉਹਨਾਂ ਨੇ ਰੱਖੇ ਸਾਨੂੰ ਇੰਨੇ ਕਿਦਾਰੇ ਜੀ, ਇੱਥੋਂ ਕਿਦਾਂ ਕਰ ਦੱਸ ਰਿਹਾ? ਪੈਸਾ ਨਹੀਂ ਦੇਣ ਕੇ ਮਨੋਰਥ ਤੇ ਮਕਸਦ ਇਹੀ ਹੈ ਜੀ। ਬੜੇ ਮਨ ਨੂੰ ਖੁਸ਼ੀ ਹੋਈ ਆ, ਅੱਜ ਵਾਕਿਆ ਹੀ ਸਾਡੇ ਨੌਜਵਾਨ ਜਿਹੜੇ ਵੀਰ ਨੇ ਇੱਕ ਇਮਾਨਦਾਰ ਪਾਰਟੀ ਦਾ ਸਾਥ ਦੇਣ ਨੂੰ ਤਿਆਰ ਹੋਏ ਨੇ, ਔਰ ਉਹ ਵੀ ਇਹ ਪਸੰਦ ਕਰਦੇ ਨੇ ਵੀ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਵਾਰੀ ਪੰਜਾਬ ਦੇ ਵਿੱਚ ਆਵੇ। ਮੈਂ ਧੰਨਵਾਦ ਕਰਦਾ ਸਾਡੇ ਸੁਨੀਲ ਕੁਮਾਰ ਜੀ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅੱਜ ਜੁਆਇਨ ਕੀਤਾ ਵਾ, ਔਰ ਮੈਂ ਮਾਣ ਵੀ ਹੈ ਮਹਿਸੂਸ ਕਰਦਾ ਵੀ ਆਉਣ ਵਾਲੇ ਸਮੇਂ ਨੂੰ ਇਹ ਆਪਣੀਆਂ ਪਾਰਟੀ ਦੀਆਂ ਦਿੱਤੀਆਂ ਹੋਈਆਂ ਸੇਵਾਵਾਂ ਨੂੰ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਗੇ, ਜਿਹਦੇ ਕਰਕੇ ਪਾਰਟੀ ਦੀ ਹੋਰ ਮਜ਼ਬੂਤੀ ਜਿਹੜੀ ਆ ਉਹ ਹੋਵੇਗੀ, ਔਰ ਆਉਣ ਵਾਲੇ ਜਿਹੜਾ ਆਪਾਂ ਗਰਾਊਂਡ ਜ਼ੀਰੋ 'ਤੇ ਜਾ ਕੇ ਘਰ ਘਰ ਦੇ ਵਿੱਚ ਪਹੁੰਚ ਕਰ ਸਕਾਂਗੇ। ਤੁਸੀਂ ਰੋਜ਼ ਤਕਰੀਬਨ 3 ਤੋਂ 4 ਮੀਟਿੰਗਾਂ ਅਟੈਂਡ ਕਰ ਰਹੇ ਹੋ ਸ਼ਾਮ ਨੂੰ, ਤੁਹਾਨੂੰ ਕੀ ਲੱਗ ਰਿਹਾ ਲੋਕਾਂ ਦੀ ਹੁਣ ਕੀ ਸੋਚ ਬਦਲ ਰਹੀ ਆਮ ਆਦਮੀ ਪਾਰਟੀ ਬਾਰੇ? ਦੇਖੋ ਜੀ, ਅੱਜ ਲੋਕਾਂ ਦੀ ਇੱਕ ਸੋਚ ਆ, ਅੱਜ ਸਾਡੀ ਜਨਤਾ ਦੀ ਇੱਕ ਸੋਚ ਆ ਵੀ ਆਪਾਂ ਅਕਾਲੀ ਬੀਜੇਪੀ ਵੀ ਵੇਖ ਲਈ ਆ ਅਤੇ ਕਾਂਗਰਸ ਵੀ ਵੇਖ ਲਈ ਆ, ਇਹਨਾਂ ਨੇ ਸਾਨੂੰ ਹੁਣ ਤੱਕ ਲੁੱਟਿਆ ਅਤੇ ਕੁੱਟਿਆ ਵਾ, ਔਰ ਅੱਜ ਸਾਡੀ ਜਿਹੜੀ ਆਵਾਮ ਆ, ਅੱਜ ਸਾਡੀ ਜਿਹੜੀ ਜਨਤਾ ਵਾ ਉਹ ਇੱਕੋ ਚੀਜ਼ ਕਹਿ ਰਹੀ ਹੈ, ਇਹਨਾਂ ਦੋਵਾਂ ਪਾਰਟੀਆਂ ਨੂੰ ਆਪਾਂ ਮੌਕਾ ਦੇ ਦਿੱਤਾ, ਐਰ ਕੀ ਆਪਾਂ ਤੀਜੀ ਪਾਰਟੀ ਨੂੰ ਮੌਕਾ ਦੇਵਾਂਗੇ? ਇਹ ਇੱਕ ਹਵਾ ਚੱਲ ਚੁੱਕੀ ਹੈ ਜਿਹੜੀ, ਇਹ ਰੁਕਣੀ ਨਹੀਂ ਆ, ਔਰ ਹਾਲੇ ਤਕਰੀਬਨ 1.5 ਸਾਲ ਇਲੈਕਸ਼ਨ ਨੂੰ ਵੀ ਪਿਆ, ਪਰ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਅੱਗੇ ਪਾਰਟੀ ਦੀ ਹਵਾ ਚੱਲੀ ਸੀ ਪਰ ਹੁਣ ਪਾਰਟੀ ਦਾ ਜਿਹੜਾ ਵਾ ਉਹ ਝੱਖੜ ਚੱਲੂਗਾ। ਸੋ ਤਗੜੇ ਹੋ ਕੇ ਹੋਰ ਵੀ ਜਿਹੜੇ ਸਾਡੇ ਵੀਰ ਭਰਾ ਪਾਰਟੀ ਦੇ ਨਾਲ ਜੁੜਨਾ ਚਾਹੁੰਦੇ ਨੇ, ਆਪਾਂ ਤਹਿ ਦਿਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਔਰ ਮੈਨੂੰ ਮਾਣ ਆ ਸਾਡੇ ਪੰਜਾਬੀਆਂ 'ਤੇ, ਮੈਨੂੰ ਮਾਣ ਆ ਸਾਡੇ ਆਵਾਮ ਸਾਡੀ ਜਨਤਾ 'ਤੇ ਵੀ ਉਹ ਦੋਵੇਂ ਹੱਥਾਂ ਨਾਲ ਸਾਨੂੰ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਫਤਵਾ ਵਾ ਜਿਹੜਾ ਬਹੁਤ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹਨੂੰ ਕਹਿ ਦਈਏ ਵੀ ਜਿੱਤ ਦਾ ਜਿਹੜਾ ਵਾ ਉਹ ਫਤਵਾ ਹਾਜ਼ਰ ਕਰੇਗਾ। ਭਰਾ ਸਾਡਾ ਨਵੀਂ ਸੋਚਣਾ ਸਾਡੀ ਪਾਰਟੀ 'ਚ ਆਇਆ, ਮੈਂ ਤਾਂ ਜੀਆਂ ਨੂੰ ਕਰਦਾ, ਔਰ ਮੈਨੂੰ ਮਾਣ ਆ ਵੀ ਇਹ ਵੀ ਭਰਾ ਸਾਡਾ ਇਮਾਨਦਾਰੀ ਵਾਂਗੂ ਤਹਿ ਦਿਲੋਂ ਆਪਣੀ ਜ਼ਿੰਮੇਵਾਰੀ ਨਿਭਾਊਗਾ। ਸੋ ਜ਼ੋਰਦਾਰ ਤਾੜੀਆਂ ਭਰਾ ਵਾਸਤੇ ਵੀ ਬਣਦੀਆਂ। ਮੈਂ ਸੁਨੀਲ ਕੁਮਾਰ, ਆਪਣਾ ਗੁਰੂ ਨਾਨਕ ਨਗਰ ਵਾਰਡ ਨੰਬਰ 4 ਤੋਂ, ਆਪਣੇ ਕਲਸੀ ਸਾਹਿਬ, ਆਪਣੇ ਸ਼ਹਿਰੀ ਭਾਅ ਜੀ, ਜਿਨ੍ਹਾਂ ਨੂੰ ਆਪਾਂ ਅੱਜ ਇਨਵਾਈਟ ਕੀਤਾ ਵਾ ਆਪਾਂ ਪਾਰਟੀ ਨੂੰ ਜੁਆਇਨ ਕਰਨ ਵਾਸਤੇ, ਅਤੇ ਪਾਰਟੀ ਤੋਂ ਪ੍ਰਭਾਵਿਤ ਹੋ ਗਏ ਸੀ ਆਪਾਂ ਇਸ ਪਾਰਟੀ ਨੂੰ ਜੁਆਇਨ ਕਰਨ ਲੱਗੇ, ਕਿਉਂਕਿ ਜੋ ਕਾਰੋ ਇਹਨਾਂ ਦੇ ਕੰਮ ਕਾਰ, ਇਹਨਾਂ ਦੀ ਜੋ ਵਿਚਾਰਧਾਰਾ, ਇਹਨਾਂ ਦੀ ਪਾਰਟੀ ਦੇ ਜਿਹੜੇ ਮੋਹਤਗਰ ਬੰਦਿਆਂ ਦੀ, ਅਤੇ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਗਏ ਆਪਾਂ ਇਸ ਚੀਜ਼ ਨੂੰ ਜੁਆਇਨ ਕਰ ਰਹੇ ਹਾਂ ਜੀ। ਅਤੇ ਬਾਕੀ ਸਾਡੀ ਜੋ ਡਿਊਟੀ ਰਹੇਗੀ ਪਾਰਟੀ ਵੱਲੋਂ, ਸਾਡੀ ਡਿਊਟੀ ਲੱਗੀ ਜਾਏਗੀ, ਅਸੀਂ ਉਸ ਚੀਜ਼ ਨੂੰ ਆਪਾਂ ਪੂਰੇ ਤਹਿ ਦਿਲੋਂ ਆਪਣਾ
इंडिया क्राइम न्यूज़ जुलम के